हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते। जिहड़ी अज दी वीडियो बना रहे हैं पिंड अकलिया जलाल जी, ते जिला इहनू बठिंडा पै जांदा जी, ते तहसील इहनू फूल पै जांदी आ। ते अज दी वीडियो विच आपां टॉप दी HF बैड सेल लई लैके आए जी, ताजी सूई भी है। जे कोई वीर एवें दी वीडियो बनवाउणी चाहुंदा होवे तां मेरे नाल कॉन्टैक्ट कर लो जी। कॉन्टैक्ट नंबर नोट करो 81467 जी 15312 जी। आओ पाउंदे आ वीर तेरी सारी डिटेल। आ जाओ वीर जी। ਵੀਰ ਜੀ ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਜੀ ਆਪਣਾ। ਨਾਮ ਮੇਰਾ ਜੀ ਸੋਹਣਾ ਸੋਹਣਾ ਹੈ। ਠੀਕ ਹੈ ਜੀ, ਮਾੜਾ ਉੱਚੀ ਬੋਲ ਤੇ ਕੰਟੈਕਟ ਨੰਬਰ ਦੱਸ ਦਿਓ। ਕੰਟੈਕਟ ਨੰਬਰ ਜੀ ਆਪਣਾ 90418। ਠੀਕ ਹੈ ਜੀ, ਠੀਕ ਹੈ। ਇਹ ਵੀਰ ਦਾ ਕੰਟੈਕਟ ਨੰਬਰ ਆ, ਸਕਰੀਨ ਉੱਪਰ ਆ ਰਿਹਾ। ਵੀਰ ਕਿਹੜਾ ਸੂਆ ਸੂਈ ਵਿਆ ਬੈਡ? ਤੀਸਰੇ ਸੂਆ ਸੂਈ, ਤੀਜਾ ਸੂਆ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਦੂਜਾ ਦਿਨ ਆ ਜੀ। ਦੂਜਾ ਦਿਨ ਆ। ਮਗਰ ਬੱਚਾ ਕੀ ਹੈ ਜੀ? ਮਗਰ ਮੇਲ ਕਾਫ ਆ ਜੀ। ਅੱਛਾ, ਮੇਲ ਆ ਬੱਚਾ, ਮਗਰ ਬੱਚਾ ਜੀ ਇਹਦੇ। ਤੇ ਕਿੰਨਾ ਕੁ ਦੁੱਧ ਆ ਇਸ ਟਾਈਮ? ਰੈਡੀ ਬਾਉਲਾ ਜਿਹੜਾ ਕਹਿ ਦਿੰਦੇ ਆ। ਇਸ ਟਾਈਮ ਬਾਉਲਾ ਨੇ 15 ਲੀਟਰ ਤਿਆਰ ਆ ਜੀ, ਕੁਛ ਬੱਚੇ ਨੂੰ ਪਿਲਾ ਦੇਈਦਾ। ਠੀਕ ਹੈ ਜੀ। ਤੇ ਜਾਨੀ ਕਿ 25 ਕਰ ਦਿਓ ਥੋੜੀ ਜਿਹੀ ਫਿੱਟੀ ਕਰਕੇ। ਠੀਕ ਹੈ। 30 ਤੋਂ ਪਲੱਸ ਦਾ ਮਿਲਕ ਰਿਕਾਰਡ ਆ ਜੀ। ਠੀਕ ਹੈ, 30 ਪਲੱਸ ਦੁੱਧ ਇਹਦਾ ਪਹਿਲਾਂ ਪਾਇਆ ਵਾ, ਪਰ ਇਸ ਵਾਰ 25 ਤੋਂ 26 ਲੀਟਰ ਦੁੱਧ ਦੇਣ ਦੀ ਸੰਭਾਵਨਾ। ਤੇ 15 ਲੀਟਰ ਬਾਉਲਾ ਇਸ ਟਾਈਮ ਤਿਆਰ ਆ ਜੀ। ਆ ਦੇਖ ਸਕਦੇ ਫੇਸ ਕੁਆਲਿਟੀ, ਬਰੀਡ ਵਗੈਰਾ ਟੌਪ ਦੀ ਆ। ਤੀਜਾ ਸੂਆ ਸੂਈ ਵੀ ਆ, ਹਜੇ ਮਿਲਾ ਦੂਜਾ ਦੇਣਾ ਜੀ। ਦੂਸਰਾ ਦੇਣਾ ਜੀ ਸੂਈ ਨੂੰ। ਆ ਦੇਖ ਸਕਦੇ ਥਣਾਂ ਦੀ ਕੁਆਲਿਟੀ, ਚਾਰੇ ਥਣ ਨਿਕੜ ਮੇ ਤੇ ਪੂਰੇ ਗੈਪ ਤੇ ਆ ਜੀ। ਕਿੰਨੇ ਕੁ ਵਜੇ ਚਵਾਈ ਹੋਈ ਸੀ ਇਹਦੀ ਅੱਜ? ਚਵਾਈ ਅੱਜ 6 ਦੇ ਕਰੀਬ ਹੋਈ। 6 ਕੁ ਵਜੇ ਜਿਹੜਾ ਹੁਣ ਵੀਡੀਓ ਬਣਾਉਣ ਦਾ ਟਾਈਮ ਹੈ, 9 ਕੁ ਵਜੇ ਦਾ ਟਾਈਮ ਹੈ, 9 ਸਾਢੇ 9 ਵਜੇ ਦਾ। ਤੇ 2 ਘੰਟੇ ਹੋ ਗਏ ਮੰਨ ਕੇ ਚੱਲੋ ਚਵਾਈ ਹੋਈ ਨੂੰ। ਫੇਸ ਕੁਆਲਿਟੀ ਤਕੜੀ ਆ, ਕੱਦ ਘਾਟ ਬਹੁਤ ਤਕੜਾ ਬੈਠ ਦਾ ਦੀਸਾਂ ਦੀ। ਤੇ ਸੀਮਨ ਇਹਦੇ ਕਿਹੜਾ ਲਵਾਇਆ ਸੀ? ਇਹੋ ਸੀਮਨ ਜਿਹੜੇ ABS ਦੇ ਅੰਡੈਵਰ ਦਾ ਸੀਮਨ ਸੀ। ਅੰਡੈਵਰ ਦਾ ਸੀਮਨ ਸੀ, ਚਲੋ ਕੋਈ ਨਹੀਂ, ਬੱਚਾ ਗਾ, ਨਾੜੂਆ ਨੂੜੂਆ ਬੱਚੇ ਦਾ ਨਾਲ ਹੀ ਆ ਜੀ। ਦੇਖ ਲਓ ਨੇੜੇ ਤੋਂ ਚੈੱਕ ਕਰ ਲਓ। ਮਿਲਕ ਰੇਂਜ ਬਹੁਤ ਚੰਗੀ ਆ ਜੀ ਬੈਠ ਦਿਆ, ਦੇਖ ਸਕਦੇ ਆਰਡਰ ਦੀ ਕੁਆਲਿਟੀ ਪੂਰੀ ਟੌਪ ਦੀ ਆ। ਮਾੜੀ ਤੋਰ ਕੇ ਦਿਖਾ ਦਿਓ। ਲੈ ਚਲੋ ਕੋਈ ਲੰਮੀ ਤੋਰ ਦੇ। ਆਰਡਰ ਦੀ ਕੁਆਲਿਟੀ ਪੂਰੀ ਸ਼ਾਨਦਾਰ ਆ ਜੀ, ਆ ਦੇਖ ਸਕਦੇ। ਸ਼ਾਮ ਤੱਕ ਇਹਨੇ ਆਰਡਰ ਦੀ ਕੁਆਲਿਟੀ ਪੂਰੀ ਟੌਪ ਦੀ ਬਣਾ ਲੈਣੀ ਆ, ਕਿਉਂਕਿ ਹਜੇ ਚਵਾਈ ਹੋਈ ਨੂੰ ਥੋੜਾ ਟਾਈਮ ਹੀ ਹੋਇਆ ਜੀ। ਕੱਦ ਘਾਟ ਬਰੀਟ ਵਗੈਰਾ ਪੂਰੀ ਟੌਪ ਦੀ ਆ, ਕੱਦ ਘਾਟ ਬਹੁਤ ਚੰਗਾ ਜੀ। ਜੇ ਕੋਈ ਵੀਰ ਬਰੀਟ ਤੇ ਕੰਮ ਕਰਨਾ ਚਾਹੁੰਦਾ ਤਾਂ ਪੂਰੀ ਚੰਗੀ ਬੈਠ ਆ ਜੀ। ਤੀਜਾ ਸੂਆ ਸੂਈ ਵੀ ਆ, ਲਿਆ ਮੋੜ ਲਓ। ਆ ਵੇਖ ਸਕਦੇ ਕੱਦ ਘਾਟ ਪੂਰਾ ਟੌਪ ਦਾ, ਥਣ ਥੁਣ ਬਹੁਤ ਚੰਗਾ ਲੱਗਾ ਜੀ। ਲੇਵਾ ਲੂਵਾ ਵੀ ਚੰਗਾ, ਬਾਹਲਾ ਲਮਕਵਾਂ ਲੇਵਾ ਨਹੀਂ ਜੀ, ਪੂਰਾ ਹੈਵੀ ਲੇਵਾ ਉਹਦਾ। ਤੇ ਦੁੱਧ ਚੰਗਾ ਪਾ ਦੂਗੀ, ਕੁਆਲਿਟੀ ਤੁਹਾਡੇ ਸਾਹਮਣੇ ਆ। ਤੇ ਰੇਟ ਵੀ ਵੀਰ ਤੋਂ ਕਨਫਰਮ ਕਰ ਲੈਂਦੇ ਹਾਂ। ਆ ਵੇਖ ਸਕਦੇ ਚਾਰੇ ਪਾਸੇ ਆਰਡਰ ਦੀ ਕੁਆਲਿਟੀ ਪੂਰੀ ਟੌਪ ਦੀ ਆ। ਇੱਕ ਤਾਂ ਟਾਂਗਲ ਜੀ ਹੁੰਦੀ ਆ, ਉਹ ਨਹੀਂ ਹੈਗੀ ਇਹ ਜੀ, ਵੀ ਇਕੱਲਾ ਕੱਦ ਕਰਦੀ ਹੁੰਦਾ। ਲੇਵਾ ਲੂਗਾ ਚੰਗਾ ਜੀ, ਤੇ ਬਾਹਲਾ ਲਮਕਵਾਂ ਜਿਹਾ ਵੀ ਨਹੀਂ, ਪੂਰਾ ਵਧੀਆ ਐਂ ਕਹਿ ਦਿੰਦੇ ਵੀ ਦੁੱਧ ਵਾਲਾ ਲੇਵਾ ਹੈਗਾ। ਨਾੜਾਂ ਨੂੜਾਂ ਚੰਗੀਆਂ ਲੇਵੇ ਦੇ ਉੱਪਰ ਦਿਖਾ ਦਿੰਦੇ ਨੇੜੇ ਤੋਂ। ਆ ਦੇਖ ਸਕਦੇ ਲੇਵੇ ਉੱਪਰ ਪੂਰੀਆਂ ਨਾੜਾਂ ਨੇ, ਮਿਲਕ ਰੇਂਜ ਚੰਗੀ ਆ। ਕੀ ਰੇਟ ਰੱਖਿਆ ਵੀਰ ਇਹਦਾ ਜਾਇਜ਼ ਦਾ? ਜਾਇਜ਼ ਦਾ ਜੀ ਮੁੱਲ ਇਹਦਾ ਆਪਾਂ 90,000 ਕਰਦੇ ਹਾਂ। ਠੀਕ ਹੈ ਜੀ, ਬਾਕੀ ਮਾਂ ਜੋ ਵੀ ਆਪਾਂ ਮਾਨਤਾ ਨੂੰ ਵਧੀਆ ਕਰ। ਠੀਕ ਹੈ ਜੀ, 90,000 ਰੁਪਇਆ ਵੀਰ ਨੇ ਡਿਮਾਂਡ ਰੱਖੀ ਜੀ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਹੋ ਜੂਗਾ। ਚੰਗੀ ਆ ਜੀ ਬੈਡ, ਬੈਡਾਂ ਜੀ ਪੈਂਦੀ ਆ, ਕੋਈ ਬਾਹਲਾ ਵੱਡਾ ਸੂਆ ਨਹੀਂ, ਥੋੜੀ ਲੱਸੀ ਜ਼ਰੂਰ ਆ। 1 ਮਹੀਨੇ ਦੇ ਵਿੱਚ ਜਮਾ ਸੈੱਟ ਹੋ ਜੂ। ਠੀਕ ਹੈ ਜੀ, 1 ਮਹੀਨੇ ਦੇ ਵਿੱਚ ਜਮਾ ਸੈੱਟ ਹੋ ਜਾਣਾ, ਇਹਨੇ ਪੂਰਾ ਪੀਕ ਲੈਵਲ ਤੇ ਦੁੱਧ ਕਰ ਦੇਣਾ। 25 ਤੋਂ 26 ਲੀਟਰ ਦੁੱਧ ਦੀ ਉਮੀਦ ਕਰਦੇ ਹਾਂ ਵੀਰ। ਕੰਟੈਕਟ ਨੰਬਰ ਹੋਰ ਬੋਲਦੇ ਇੱਕ ਵਾਰੀ। ਕੰਟੈਕਟ ਨੰਬਰ ਜੀ ਆਪਣਾ 90418 ਜੀ 19020। ਠੀਕ ਹੈ, ਇਹ ਵੀਰ ਦਾ ਕੰਟੈਕਟ ਨੰਬਰ ਹੈ। ਜੇ ਕਿਸੇ ਵੀਰ ਨੂੰ ਬੈਡ ਪਸੰਦ ਹੋਵੇ ਤਾਂ ਵੀਰ ਨਾਲ ਕੰਟੈਕਟ ਕਰਕੇ ਬੈਡ ਨੂੰ ਖਰੀਦ ਸਕਦੇ। ਜੇ ਕੋਈ ਹੋਰ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਉਹ ਵੀ ਵੀਰ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ।